ਹੁਣੇ ਹੁਣੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਨਿਸ਼ੂ ਦੇਸ਼ਵਾਲ ਜੋ ਕਿ ਅਕਸਰ ਹੀ ਟਰੈਕਟਰਾਂ ਦੇ ਸਟੰਟ ਕਰਦਾ ਰਹਿੰਦਾ ਸੀ ਅਤੇ ਟਰੈਕਟਰਾਂ ਦੇ ਟੋਚਨ ਪਾਉਂਦਾ ਦਿਖਾਈ ਦਿੰਦਾ ਸੀ ਉਸ ਦੀ ਹੁਣੇ ਹੁਣੇ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿਸ ਵਿੱਚ ਉਸ ਮੁੰਡੇ ਦੇ ਉੱਪਰ ਟਰੈਕਟਰ ਡਿੱਗ ਜਾਂਦਾ ਹੈ ਜਿਸ ਕਾਰਨ ਉਸ ਦੀ ਮੌਤ ਹੋ ਗਈ ਨਿਸ਼ੂ ਦੇਸ਼ਵਾਲ ਟਰੈਕਟਰ ਨਾਲ ਸਟੰਟ ਕਰਨ ਲੱਗਦਾ ਹੈ ਅਤੇ ਟਰੈਕਟਰ ਪਲਟ ਕੇ ਪੁੱਠਾ ਹੋ ਜਾਂਦਾ ਹੈ ਨਿਸ਼ੂ ਦੇਸ਼ਵਾਲ ਨੂੰ ਟਰੈਕਟਰ ਸਟੰਟ ਦਾ ਸ਼ਾਂਕ ਮਹਿੰਗਾ ਪੈ ਗਿਆ ਇਸ ਤੋਂ ਪਹਿਲਾਂ ਵੀ ਟਰੈਕਟਰ ਸਟੰਟਾਂ ਦੇ ਨਾਲ ਕਈ ਮੁੰਡਿਆਂ ਦੀ ਮੌਤ ਹੋਈ ਹੈ ਪਰ ਫਿਰ ਵੀ ਟਰੈਕਟਰ ਸਟੰਟ ਬ ਤੇ ਇਹ ਨਿਸ਼ੂ ਦੇਸ਼ਵਾਲ ਦਾ ਅੱਜ ਤੋਂ 1 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਹਾਲੇ ਇਹਨਾਂ ਨੇ ਆਪਣੀ ਨਵੀਂ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਹੀ ਕੀਤਾ ਸੀ ਪਰ ਵਾਹਿਗੁਰੂ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਿੱਥੇ ਨਿਸ਼ੂ ਦੇਸ਼ਵਾਲ ਦੇ ਮਾਤਾ ਪਿਤਾ ਲਈ ਇਹ ਜ਼ਿੰਦਗੀ ਕੱਟਣੀ ਔਖੀ ਹੋ ਜਾਵੇਗੀ ਉੱਥੇ ਹੀ ਇਹਨਾਂ ਦੀ ਵਾਈਫ ਨੂੰ ਵੀ ਹੁਣ ਜ਼ਿੰਦਗੀ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਵੈਲ ਇਹ ਤਾਂ ਹੁਣ ਅਸੀਂ ਜਾਣਦੇ ਹਾਂ ਕਿ ਇਹ ਘਾਟਾ ਕਦੇ ਵੀ ਪੂਰਾ ਹੋਣ ਵਾਲਾ ਨਹੀਂ ਪਰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਤਾਂ ਜੋ ਪਰਮਾਤਮਾ ਇਸ ਵੀਰ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਅਤੇ ਪਰਿਵਾਰ ਨੂੰ ਇਹ ਸਦਮਾ ਝੱਲਣ ਦਾ ਹੌਸਲਾ ਦੇਵੇ। ਬਾਕੀ ਤੁਸੀਂ ਟਰੈਕਟਰ ਸਟੰਟ ਬਾਰੇ ਕੀ ਕਹਿਣਾ ਚਾਹੋਗੇ? ਇਹ ਬੰਦ ਹੋਣੇ ਚਾਹੀਦੇ ਹੈ ਜਾਂ ਨਹੀਂ? ਆਪਣੀ رائے ਜ਼ਰੂਰ ਦੱਸਣਾ।